ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਖਾਲਸਟੀਜ ਆਈ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੇ ਵਿਚਾਰ ਤੇ ਬਹੁਤ ਸਾਰੇ ਮਹਾਨ ਅਤੇ ਸਫਲ ਲੋਕਾਂ ਦੇ ਵਿਚਾਰ ਤੋਂ ਪ੍ਰੇਰਿਤ ਹੋਵੋ ਆਪਣੀਆਂ ਸਫਲਤਾਵਾਂ ਤੋਂ ਸਿੱਖੋ ਤੇ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣ ਕੇ ਕਾਮਯਾਬ ਬਣੋ ਹੁਣ ਨਜ਼ਰ ਮਾਰਦੇ ਅੱਜ ਦੀਆਂ ਹੈਡਲਾਈਨਸ ਤੇ ਪੰਜਾਬ 'ਚ ਮੌਸਮ ਵਿਭਾਗ ਲਗਾਤਾਰ ਗਲਤ ਹੋ ਰਿਹਾ ਸਾਹਬ ਅੱਜ ਪੰਜਾਬ 'ਚ 1 ਸਤੰਬਰ ਤੱਕ ਨਹੀਂ ਸਿੰਮੀ ਦੀ ਸੰਭਾਵਨਾ ਪਰ ਕੱਲ ਫਿਰ ਵੀ ਪਿਆ ਮੀਂਹ ਅੱਜ ਕਿਵੇਂ ਦਾ ਰਹੇਗਾ ਮੌਸਮ ਪਾਲਿਸਟੇ ਵੀ ਦਾ ਦੂਜੇ ਬੁਲੇਟਿਨ 'ਚ ਦੇਵਾਂਗੇ ਜਾਣਕਾਰੀ ਗੁਜਰਾਤ ਵਿੱਚ ਮੀਂਹ ਨੇ ਮਚਾਇਆ ਕਹਿਰ ਸੂਬੇ ਦੀਆਂ ਕੋਲ 939 ਸੜਕਾਂ ਹੋਈਆਂ ਬੰਦ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਭពਿੰਦਰ ਪਟੇਲ ਨੂੰ ਫੋਨ ਕਰ ਸਥਿਤੀ ਦਾ ਲਿਆ ਜਾਇਜ਼ਾ ਬਲਵਿੰਦਰ ਸਿੰਘ ਭੁੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨਗੀਤਾ ਨਿਯੁਕਤ ਸੁਖਵੀਰ ਬਾਦਲ ਦੇ ਅਸਤੀਫੇ ਬਾਰੇ ਸਸਪੈਂਸ ਅਜੇ ਵੀ ਵਰਕਰਾਰ ਅੱਜ ਹੋਵੇਗੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬਾਗੀ ਤੜੇ ਦੀ ਸ਼ਿਕਾਇਤ ਤੇ ਸੁਖਵੀਰ ਬਾਦਲ ਦੇ ਆ ਸਕਦਾ ਫੈਸਲਾ ਗਿਆਨੀ ਕੇਵਲ ਸਿੰਘ ਦੀ ਅਗਵਾਈ ਚ ਪੰਥਕ ਅਸੈਂਬਲੀ ਨੇ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ ਸੌਦਾ ਸਾਧ ਦੀ ਮਾਫੀ ਸਮੇਂ ਦੇ ਜਥੇਦਾਰਾਂ ਦਾ ਜਵਾਬ ਮੰਗਨ ਦੀ ਕੀਤੀ ਅਪੀਲ ਬੰਦ ਕਮਰੇ ਦੀ ਬਜਾਏ ਸੁਣਵਾਈ ਪੰਥ ਦੀ ਇਕਚਾਰੀ ਚ ਕਰਨ ਦੀ ਕੀਤੀ ਮੰਗ ਖੇਡਾਂਵੰਤਰ ਪੰਜਾਬ ਦੀ ਸੀਜ਼ਨ 3 ਦਾ ਹੋਇਆ ਸ਼ਾਨਦਾਰ ਆਗਾਜ਼ ਮੁੱਖ ਮੰਤਰੀ ਦੀ ਹਾਜ਼ਰੀ ਚ ਰੰਗ ਰੰਗ ਪ੍ਰੋਗਰਾਮ ਚ ਹੋਈ ਸ਼ੁਰੂਆਤ ਕੱਲ ਪੰਜਾਬ ਤੇ ਦਿੱਲੀ ਸੂਬੇਤ ਅਫਗਾਨਿਸਤਾਨ ਚ ਆਇਆ ਪੁਚਾਲ ਜਾਨੀ ਤੇ ਮਾਲੀ ਨੁਕਸਾਨ ਤੋਂ ਰਹਿ ਗਿਆ ਬਚਾ ਸਿਮਰਨਜੀਤ ਸਿੰਘ ਮਾਨ ਨੇ ਕੰਗੜਾ ਰਨੌਰ ਦਾ ਬਾਰੇ ਦਿੱਤਾ ਵਿਵਾਦਿਤ ਬਿਆਨ ਕਿਹਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕੰਗੜਾ ਨੂੰ ਹੋਇਆ ਰੇਪ ਦਾ ਤਜਰਬਾ ਤਾਂ ਕੰਗੜਾ ਰਨੌਰ ਨੇ ਪਲਟਵਾਰ ਕਰ ਰੇਪ ਦੀਆਂ ਧਮਕੀਆਂ ਦੇਣ ਦੇ ਲਾਇਆ ਰੋਹ ਕੁਝ ਲੋਕਾਂ ਦੇ ਡਰੋਨ ਦੇ ਲਾਇ ਇਲਜ਼ਾਮ ਮੈਲਕ ਅਬਿਸ਼ੇਕ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਕੀਤੀ ਨਿੰਦਾ ਬਿਆਨ ਵਿੱਚ ਸ਼ਰਮਨਾਕ 10 ਜਲਦ ਨੋਟਿਸ ਜਾਰੀ ਕਰਨ ਦੀ ਕਹੀ ਗੱਲ ਪੰਜਾਬ ਸਰਕਾਰ ਨੇ ਪੰਚਾਇਤੀ ਅਗੜਚ ਕੀਤੀ ਸੋਧ ਕੋਈ ਵੀ ਪਾਰਟੀ ਸਿੰਬਲ ਤੇ ਨਹੀਂ ਲੜ ਸਕੇਗਾ ਚੋਣ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਨੂੰ ਦਿੱਤਾ ਜਾਵੇਗਾ ਚੋਣ ਨਿਸ਼ਾਨ ਪੰਜਾਬ ਕੈਬਨਿਟ ਨੇ ਮਲੇਰਕੋਟੜ ਦੇ ਸਬ ਡਿਵੀਜ਼ਨ ਤੋਂ ਸੈਸ਼ਨ ਡਿਵੀਜ਼ਨ ਬਣਾਉਣ ਦਾ ਕੀਤਾ ਐਲਾਨ ਤੇ 59 ਹੋਰ ਪੀਸੀਐਸ ਅਧਿਕਾਰੀਆਂ ਦੇ ਨਵੇਂ ਅਹੁਦਿਆਂ ਨੂੰ ਦਿੱਤੀ ਹਰੀ ਚੰਡੀ ਹੁਣ ਸੂਬੇ ਵਿੱਚ 310 ਦੀ ਬਜਾਏ 369 ਪੀਸੀਐਸ ਅਧਿਕਾਰੀ ਕਰਨਗੇ ਕੰਮ ਪੰਜਾਬ ਦਾ ਸ਼ਹਿਰ ਪਟਿਆਲਾ ਦੇ ਰਾਜਪੁਰਾ ਬਣੇਗਾ ਸਮਾਰਟ ਸਿਟੀ ਸਾਬਕਾ ਐਮਵੀ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਚੜਕਾ ਵਿਜ਼ਿਟਰ ਜਾਂ ਟੂਰਿਸਟ ਵਿੱਚ ਤੇ ਆਉਣ ਵਾਲਿਆਂ ਨੂੰ ਵਰਕ ਪਰਮਿਟ ਨਾ ਦੇਣ ਦਾ ਕੀਤਾ ਐਲਾਨ ਪੰਜਾਬ ਦੇ 9 ਸ਼ਹਿਰਾਂ 'ਚ ਖੁੱਲਣਗੇ ਐਫਐਮ ਰੇਡੀਓ ਸਟੇਸ਼ਨ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਅਬੋਹਰ ਬਰਨਾਲਾ ਬਠਿੰਡਾ ਫਿਰੋਜ਼ਪੁਰ ਹੁਸ਼ਿਆਰਪੁਰ ਲੁਧਿਆਣਾ ਮੋਗਾ ਮੁਕਤਸਰ ਤੇ ਪਠਾਨਕੋਟ 'ਚ ਖੁੱਲਣਗੇ ਐਫਐਮ ਰੇਡੀਓ ਸਟੇਸ਼ਨ ਦੋਸਤ ਅੰਬਰ ਤੱਕ ਨਹੀਂ ਬਣ ਸਕਣਗੇ ਪਾਸਪੋਰਟ ਦੇਸ਼ ਪਾਰਚ ਬੰਦ ਰਹਿਣਗੇ ਵਿਭਾਗ ਦੇ ਪੋਰਟਲ ਤਕਨੀਕੀ ਮੇਨਟੇਨੈਂਸ ਦਾ ਦਿੱਤਾ ਹਵਾਲਾ ਗੋਤਮ ਅਡਾਨੀ ਬਣਿਆ ਭਾਰਤ ਦਾ ਸਭ ਤੋਂ ਅਮੀਰ ਵਿਅਕਤੀ ਅਬਾਨੀ ਪਰਿਵਾਰ ਨੂੰ ਛੱਡਿਆ ਪਿੱਛੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ 2 ਮਹੀਨਿਆਂ ਦੀ ਤਨਖਾਹ ਨਾ ਲੈਣ ਦਾ ਕੀਤਾ ਐਲਾਨ ਸੂਬੇ ਦੇ ਮਾੜੇ ਵਿੱਤੀ ਹਾਲਾਤਾਂ ਨੂੰ ਲੈ ਕੇ ਲਿਆ ਫੈਸਲਾ ਕੰਨਾ ਦੇ ਦੁਰਾਜ ਖਾਲਿਸਤਾਨ ਦੇ ਲਿਖੇ ਨਾਰੇ ਅਸਾਬ ਕਾ ਸੀਐਮ ਵਿਜੈ ਸਿੰਘ ਦੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵਨ ਸਿੰਘ ਪੰਨੂ ਲਈ ਜ਼ਿੰਮੇਵਾਰੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੂੰ ਲੱਗਾ ਵੱਡਾ ਸਦਮਾ ਪਿਤਾ ਸਰਜੀਤ ਸਿੰਘ ਕੋਲੀ ਦਾ ਹੋਇਆ ਦੇਹਾਂਤ ਜੰਮੂ ਕਸ਼ਮੀਰ ਦੇ ਕਪਵਾੜਾ ਜੇ ਫੌਜ ਨੇ ਤਿੰਨ ਦਹਿਸ਼ਤਗਰਾਂ ਨੂੰ ਕੀਤਾ ਟੇਰ ਦੋਨਾਂ ਨੂੰ ਮਾਰਸ਼ਲ ਤੇ ਇੱਕ ਨੂੰ ਤੰਗਦਰਜ ਕੀਤਾ ਖਤਮ ਤਰੰਦਰੁਨ ਪੁਲਿਸ ਨੇ ਵੱਡੀ ਸਫਲਤਾ ਕੀਤੀ ਹਾਸਲ ਕੇਂਦਰੀ ਏਜੰਸੀ ਨਾਲ ਆਪਰੇਸ਼ਨ ਚਲਾ ਮੁਲਜ਼ਮ ਹਰਪ੍ਰੀਤ ਨੂੰ ਹਥਿਆਰਾਂ ਦੇ ਹਵਾਲਾ ਰਾਸ਼ੀ ਨਾਲ ਕੀਤਾ ਕਾਬੂ ਅੰਮ੍ਰਿਤਸਰ ਚੰਨਿਆਗ ਸਿੰਘ ਨੇ ਨੋਜਵਾਨ ਦਾ ਕੀਤਾ ਕਤਲ ਘਰ ਚ ਵੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਪਾਕੜਾ ਨਹਿਰ ਚ ਪੈਨ ਨੇ ਮਾਰੀ ਛਾਲ ਪੈਨ ਨੂੰ ਬਚਾਉਣ ਦੇ ਚੱਕਰ ਵਿੱਚ ਭਰਾ ਦੀ ਵੀ ਗਈ ਜਾਨ ਪ੍ਰਧਾਨ ਮੰਤਰੀ ਮੋਦੀ 22 ਸਤੰਬਰ ਨੂੰ ਨਿਊਯਾਰਕ 'ਚ ਕਰਨਗੇ ਸੰਬੋਧਨ ਕਈ 24000 ਭਾਰਤੀ ਨੇ ਕਰਵਾਈ ਰਜਿਸਟ੍ਰੇਸ਼ਨ ਟੈਲੀਗ੍ਰਾਮ ਦੇ ਮਾਲਕ ਪਾਵਲ ਦੂਰੋਵ ਨੂੰ ਲੱਗਾ ਵੱਡਾ ਚੜਕਾ ਫਰਾਂਸ ਛੱਡਣ ਤੇ ਲੱਗੀ ਪਾਬੰਦੀ ਅੱਜ ਦੀ ਹੈਡਲਾਈਨਸ ਬਸ ਇੰਨਾ ਹੀ ਮੈਨੂੰ ਦਿਵਾ ਗਿਆ ਧੰਨਵਾਦ